ਕਿੱਥੇ ਚਲੇ ਗਏ ਸਾਰੇ ਬੱਚੇ? ਸ਼ਾਮ ਨੂੰ ਆ ਕੇ ਕਹਿਣਗੇ ਕਿ ਹੱਥ ਦੁਖ ਰਹੇ ਨੇ, ਪੈਰ ਦੁਖ ਰਹੇ ਨੇ, ਮੱਥਾ ਦੁਖ ਰਿਹਾ ਹੈ। ਜਦ ਪੂਰਾ ਦਿਨ ਘੁੰਮਦੇ ਰਹੋਗੇ ਤਾਂ ਇਹੀ ਹੋਊਗਾ ਨਾ। ਬੱਲੀ ਭਾਜੀ, ਬੱਲੀ ਭਾਜੀ, ਇੱਕ ਮਿੰਟ ਸੁਣੀ। ਤੁਸੀਂ ਕੌਣ? ਤੁਹਾਡਾ ਨਾਂ ਕੀ ਹੈ? ਮਧੂਸੂਦਨ ਚੌਧਰੀ, ਸਤਿ ਸ੍ਰੀ ਅਕਾਲ। ਨਮਸਤੇ, ਤੁਸੀਂ ਮਧੂ ਮਾਸਟਰ ਹੋ? ਮਤਲਬ ਸ਼ਾਮੂ ਦੇ ਮੈਥਸ ਟੀਚਰ? ਇਕਦਮ ਠੀਕ, ਮੈਂ ਹੀ ਸ਼ਾਮੂ ਨੂੰ ਤੁਹਾਡੇ ਬਾਰੇ ਦੱਸਿਆ ਸੀ। ਅੱਜ ਸਕੂਲ ਛੁੱਟੀ ਹੈ ਕੀ? ਸਕੂਲ? ਸਕੂਲ ਦਾ ਕਦੋਂ ਦਾ ਬੰਦ ਹੋ ਗਿਆ ਹੈ? ਨਹੀਂ ਤਾਂ ਮੈਂ ਬਾਹਰ ਕੀ ਕਰਦਾ ਹੁੰਦਾ? ਮੈਂ ਵੀ ਤਾਂ ਪਰਿਵਾਰ ਚਲਾਉਣਾ ਹੈ। ਕਿਉਂ, ਸਕੂਲ ਆਖਰ ਬੰਦ ਕਿਉਂ ਹੋ ਗਿਆ? ਬੰਦ ਹੋਇਆ ਨਹੀਂ, ਬੰਦ ਕਰਵਾ ਦਿੱਤਾ ਗਿਆ ਹੈ। ਤਾਂ ਫਿਰ 2+2=2? ਸਭ ਕੁਛ ਤੋੜ ਕੇ ਰੱਖ ਦਊਗਾ। ਪੜ੍ਹਾਉਣਾ ਬੰਦ ਕਰੋ ਤੁਸੀਂ ਮਾਸਟਰ ਸਾਹਿਬ। ਇਸ ਪਿੰਡ ਦੇ ਵਿੱਚ ਕੋਈ ਵੀ ਸਕੂਲ ਨਹੀਂ ਚੱਲੇਗਾ। ਪਰ ਅਸੀਂ ਕੀਤਾ ਕੀ ਹੈ? ਅੱਗੇ ਬੋਲਦਾ ਤੂੰ ਚੁੱਪ। ਓ ਨਹੀਂ ਓਏ ਨਹੀਂ, ਓਹਨੂੰ ਸਮਝਾਓ ਸਮਝਾਓ। ਤੁਸੀਂ ਪੜ੍ਹਾਈ ਲਿਖਾਈ ਕਰਾਉਂਦਾ ਏ ਜੋ ਭੁੱਖਿਆਂ ਤੇ ਮਰਦਾ ਏ ਓ ਮਧੂ ਮਾਸਟਰ। ਓਏ, ਇੱਥੇ ਮੈਥ ਪੜ੍ਹਾਉਣ ਤੋਂ ਚੰਗਾ ਏ ਖੇਤਾਂ ਵਿੱਚ ਜਾ ਕੇ ਕੰਮ ਕਰ। ਮੇਰੇ ਦਿਲ ਵਿੱਚ ਦਰਦ ਹੁੰਦਾ ਏ। ਇਹ ਸਕੂਲ ਤੁਸੀਂ ਬੰਦ ਨਾ ਕਰੋ ਸਾਹਿਬ। ਇਹ ਸਕੂਲ ਬੰਦ ਕੌਣ ਕਰਵਾ ਰਿਹਾ? ਛੀ 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 ਛੀ, ਇਹ ਸਕੂਲ ਤਾਂ ਖੁੱਲਿਆ ਏ ਪਰ ਪੜ੍ਹਨ ਇੱਥੇ ਕੋਈ ਨਹੀਂ ਆਉਂਦਾ। ਸਾਰੇ ਮੈਦਾਨ ਚ ਖੇਡਣ ਜਾਂਦੇ ਨੇ। ਕੀ ਮੈਂ ਸਹੀ ਕਿਹਾ ਨਾ? ਤੁਸੀਂ ਲੋਕ ਵੀ ਬੋਲੋ ਬੋਲੋ ਬੋਲੋ। ਨਹੀਂ, ਅਸੀਂ ਪੜ੍ਹਨਾ ਚਾਹੁੰਦੇ ਆ। ਵਾਸੂ ਦਾ ਮੁੰਡਾ ਏ ਨਾ? ਹਾਂ ਹਜ਼ੂਰ। ਮਾਸਟਰ, ਮੈਂ ਸੁਣਿਆ ਏ ਕਿ ਉਹ ਤੇਰੇ ਹੀ ਘਰ ਵਿੱਚ ਰਹਿੰਦਾ ਏ। ਤੇ ਹੋਰ ਕਿੱਥੇ ਰਹੇਗਾ ਬਿਨਾਂ ਮਾਂ ਪਿਓ ਦੇ ਵਿਚਾਰਾ? ਵੇਖਿਓ ਕਿਤੇ ਤੁਹਾਡਾ ਮੁੰਡਾ ਹੀ ਆਪਦੇ ਪਿਓ ਨੂੰ ਨਾ ਗਵਾ ਬੈਠੇ। ਹਾਂ, ਮੈਂ ਹੁਣ ਚੱਲਦਾ। ਇੱਕ ਹੋਰ ਵਾਸੂ ਤਿਆਰ ਹੋ ਰਿਹਾ, ਮੈਨੂੰ ਏਦਾਂ ਲੱਗ ਰਿਹਾ ਹੈ। ਮੇਰਾ ਦਿਲ ਬਹੁਤ ਦੁਖੀ ਹੈ। ਚਲੋ ਚਲੋ ਚਲੋ। ਫੇਰ ਤਾਂ ਸ਼ਾਮੂ ਨੂੰ ਸੰਭਾਲ ਕੇ ਰੱਖਣਾ ਪੈਣਾ ਹੈ। ਇਸੇ ਕਰਕੇ ਤਾਂ ਮੈਂ ਤੁਹਾਡੇ ਕੋਲ ਭੇਜਿਆ ਸੀ। ਤੁਹਾਡੇ ਬਾਰੇ ਅਖਬਾਰ ਵਿੱਚ ਬਹੁਤ ਪੜ੍ਹਿਆ ਹੈ। ਮੈਂ ਤੁਹਾਨੂੰ ਛੇਤੀ ਮਿਲਾਂਗਾ, ਹੁਣ ਤਾਂ ਮੈਂ ਜਾ ਰਿਹਾ, ਜ਼ਰੂਰੀ ਕੰਮ ਹੈ। ਨਮਸਤੇ। ਓਏ ਟਿੰਕੇ। ਬੱਲੀ ਵੀਰੇ, ਬੱਲੀ ਵੀਰੇ, ਬੱਲੀ ਵੀਰੇ। ਓਏ ਤੁਸੀਂ ਕਿੱਥੇ ਗਏ ਸੀ? ਨਾਲੇ ਕੀ ਹੋਇਆ? ਸੇਠ ਧਨੀ ਦੇ ਅੰਬਾਂ ਦੇ ਬਗੀਚੇ ਵਿੱਚ ਬੰਬ, ਬੰਦੂਕ। ਮਿੰਕਾ ਕਿੱਥੇ ਹੈ? ਮਿੰਕਾ ਮਿੰਕਾ ਕਿੱਥੇ ਗਿਆ? ਅਸੀਂ ਤਾਂ ਤਿੰਨੇ ਇਕੱਠੇ ਹੀ ਭੱਜੇ ਸੀ। ਉਹ ਭੱਜ ਰਿਹਾ ਸੀ, ਉਹ ਥੋੜਾ ਪਿੱਛੇ ਰਹਿ ਗਿਆ ਹੋਣਾ। ਬੱਲੀ ਵੀਰੇ, ਬੱਲੀ ਵੀਰੇ। ਓਏ ਇਹ ਦੱਸ, ਉਹ ਅੰਬ ਦਾ ਬਗੀਚਾ ਕਿੱਥੇ ਹੈ? ਉਹ ਉਸ ਪਾਸੇ ਹੈ। ਅੱਛਾ ਸੁਣੋ, ਤੁਸੀਂ ਦੋਵੇਂ ਘਰ ਜਾਓ, ਮੈਂ ਦੇਖਦਾ। ਜਾਓ। ਜਾ ਰਿਹਾ ਬੱਲੀ ਵੀਰੇ। ਖਬਰਦਾਰ, ਤੁਸੀਂ ਕੌਣ ਹੋ? ਅੰਦਰ ਨਹੀਂ ਜਾ ਸਕਦੇ। ਨਿਸ਼ੀਕਾਂਤ ਭੱਟਾਚਾਰਿਆ ਦਾ ਘਰ। ਓਏ ਸਾਰਿਆਂ ਨੂੰ ਮੈਂ ਇੱਕ ਇੱਕ ਕਰਕੇ ਜ਼ਿੰਦਾ ਗੱਡ ਦੇਵਾਂਗਾ। ਜੇ ਆਪ ਜ਼ਿੰਦਾ ਰਹੋਗੇ ਤਾਂ ਹੀ ਨਾ। ਕੀ ਹੈ, ਇੰਨੀ ਜ਼ਿਆਦਾ ਹਿੰਮਤ ਹੈ? ਮੇਰੇ ਹੀ ਪਿੰਡ ਵਿੱਚ ਆ ਕੇ, ਮੇਰੇ ਹੀ ਘਰ ਵਿੱਚ ਆ ਕੇ ਮੈਨੂੰ ਹੀ ਧਮਕਾ ਰਿਹਾ ਹੈ ਤੂੰ? ਤੂੰ ਹੈ ਕੌਣ? ਓਏ ਇਹ ਕੌਣ ਹੈ? ਕੌਣ ਹੈ ਬੋਲ। ਮੈਂ ਬੱਲੀ ਹਾਂ। ਕੀ? ਬਾਬਾ ਨਹੀਂ, ਬੱਲੀ। ਤੂੰ ਬਹੁਤ ਬੜੀ ਗਲਤੀ ਕਰ ਲਈ ਹੈ। ਮਿੰਕਾ ਕਿੱਥੇ ਹੈ? ਕਿੱਥੇ ਹੈ ਮਿੰਕਾ? ਕੀ ਮਿੰਕਾ ਹੈ? ਇਹ ਮਿੰਕਾ ਕੌਣ ਹੈ? ਵਾਹ ਵਾਹ, ਨਾਟਕ ਵਧੀਆ ਕਰ ਲੈਂਦੇ ਹੋ ਤੁਸੀਂ। ਤੁਹਾਨੂੰ 3 ਘੰਟੇ ਦਾ ਟਾਈਮ ਦੇ ਰਿਹਾ। ਜੇ ਇਸ ਸਮੇਂ ਦੌਰਾਨ ਤੁਸੀਂ ਮਿੰਕੇ ਨੂੰ ਸਹੀ ਸਲਾਮਤ ਮੇਰੇ ਘਰ ਛੱਡ ਕੇ ਨਹੀਂ ਗਏ ਤਾਂ ਗਰੀਬਾਂ ਦੇ ਪੈਸਿਆਂ ਨਾਲ ਬਣਿਆ ਹੋਇਆ ਇਹ ਸ਼ਾਨਦਾਰ ਤੇ ਵੱਡਾ ਮਹਿਲ ਮੈਂ ਤੋੜ ਦਿਆਂਗਾ। ਇਹ ਦੱਸ ਕੇ ਜਾ ਰਿਹਾ ਮੈਂ। ਬੱਲੀ ਵੀਰੇ,
तीन घंटे तो होण वाले आ, ओ तो हजे भी मिनके नु लेके नहीं आए। आओगे आओगे, बस थोड़ा सबर रख। हैं? ओ वेखो इंस्पेक्टर साहब दी जीप। ओए मुंडे नु बाहर कड्डो। मिनके ए की हो गया मिनके पाजी थानू? थानेदार साहब इसदा ए हाल कैन कीता है? कैन कीता है? इस पिंड दे शांत माहौल नु बिगाड़न दी कोशिश ना कर, समझ ला इस गल नु तू? नहीं मैं नहीं समझा। ए दोनों बच्चे हाथ विच बम्ब लेके की कर रहे सी भला? दस कैश प्रैक्टिस। उस दे बाद पुलिस जदों पिछे आई ते दौड़दा दौड़दा डिग पिया ते बम्ब हाथ विचों छुट के दूर जाके फटिया सी। जे किते हाथ विच फट जांदा ते की हुंदा पता है तानू? धन्नवाद मिंके नू घर पहुंचाण दे लई, पर एक वार तुहानू भी थाने आउणा पऊगा। मैनू? पर क्यों? आओगे ते पता चलूगा, हुण मैं चलदा हां। मेरी गल याद रखी तू। बम्ब बनांदे फड़े गए। वाह निशिकांत बाबू वाह, तीन घंटिया के अंदर तुसी मिंके नू पुलिस दे हत्थों वापस भजवा दिता, नाले मैनू थाने बुला के धमकाउण दा इंतजाम भी कर लिया है। वाह तुहानू अज रात दा समय दे रहा हां, कल सवेरे तुसी इस पिंड नू छड के चले जाओ, समझे? चले जावांगा। मतलब? वासुदेव दा जो भी कातल है उसनू फड़न दे लई मैनू सिर्फ एक रात ही काफी है। चलदा मैं। याद रखियो एकी की हो रहा है इत्थे? बल्ली वीरे सुनो नुपुर किन्ना सोना गाना गांदी है। टेप रिकॉर्डर च चलदा एदा गाना। वाह नुपुर फिर बंद क्यों कीता? मैं भी सुनांगा तेरा गाना, चलाओ। माए नी माए मेरी गीता दे नैणा विच बिरहो दी रड़क पवे रोण मोए मित्रानु माए सानू नींद ना पवे हो माए नी माए हो। हेलो है बोलो की? रात 12 बजे बगीचे विच? ठीक है फिर ओके। नुपुर नुपुर एक बारी फेर रिवाइंड करी था, जल्दी कर। हेलो है बोलो की? रात 12 बजे बगीचे विच? ठीक है फिर ओके। बल्ली वीरे लगदा कोई गल कर रहा सी। चुप। ओ ये तो मेरे पापा दी आवाज है, जदों मैं गाना रिकॉर्ड कर रही सी लगदा पापा नु कॉल आई हुई सी। ओ रात दे 12 बजे बगीचे दे दक्षण दिशा विच। की है बगीचे दी दक्षण दिशा विच? केड़ा बगीचा? ए फोन किसने कीता? ओए तेरा की दिमाग खराब हो गया है? हां तैनू पता है कि एक की रात विच ओ आदमी की कर सकदा है? मैं अंब दे बगीचे विच दो जीपा भेजियां, सारा माल उथो उठा के थाने विच लेउण लई किया है। जदों कल सवेरे इथो चला जाएगा असि सारा माल इथे वापस रख देंगे। ठीक है जा जा जा, जो तेनू सही लगदा ओ कर, पर अंबा दे बगीचे विच कोई नहीं जा सकदा। ठीक है? ठीक है जी, मैं सारिया नू कह देंगा, हुण मैं चलदा हां। हैं ए तां ओही घर है मिंके ने ऐसे घर बारे दस्या सी, उनू इत्थे ता बंद करके रखिया सी। इस घर विच सवेरे कोई सी? मैं आज रात इत्थे आउण वाला है, इस बारे किसे नू पता सी? जरा देखा इस बक्से दे विच की है। बंदूक।
ਤਾਂ ਮਿੰਕੇ ਨੇ ਸਹੀ ਕਿਹਾ ਸੀ। ਨਿਸ਼ੀਕਾਂਤ ਤੇਰਾ ਖੇਲ ਹੁਣ ਖਤਮ। ਬਸ ਮੈਨੂੰ ਤਾਂ ਸਬੂਤ ਏ ਚਾਹੀਦਾ ਹੈ। ਦਰਖਤ ਇਹਨਾਂ ਸੁੱਕ ਕਿਉਂ ਗਿਆ ਹੈ? ਬਾਕੀ ਦੇ ਦਰਖਤ ਜਿਹੜੇ ਹੈਗੇ ਉਹ ਇਕਦਮ ਹਰੇ ਭਰੇ ਨੇ, ਫਿਰ ਇਹ ਦਰਖਤ ਕਿਉਂ ਸੁੱਕ ਗਿਆ ਹੈ? ਬੱਲੀ ਪਾਜੀ, ਮੈਂ ਪਿੰਡ ਵਿੱਚ ਬੰਬ ਧਮਾਕੇ ਕਰਨ ਦੇ ਜੁਰਮ ਵਿੱਚ ਤੁਹਾਨੂੰ ਗ੍ਰਿਫਤਾਰ ਕਰ ਰਿਹਾ ਹਾਂ। ਪਰ ਮੈਂ ਤਾਂ ਕਿਤੇ ਵੀ ਗਿਆ ਨਹੀਂ ਹਾਂ, ਇੱਥੇ ਹੀ ਹਾਂ। ਆਓ ਗ੍ਰਿਫਤਾਰ ਕਰ ਲਓ। ਨਹੀਂ, ਮੈਂ ਨਹੀਂ ਆਵਾਂਗਾ। ਜੇ ਜ਼ਿੰਦਾ ਰਹਿਣਾ ਹੈ ਤੇ ਆਪ ਹੀ ਆਓ। ਥਾਣੇਦਾਰ ਸਾਹਿਬ, ਮੈਨੂੰ ਬਚਾਉਣ ਦੀ ਗੱਲ ਛੱਡੋ, ਆਪ ਬਚਣ ਦੀ ਸੋਚੋ। ਯਾਦ ਰੱਖੋ, ਇੱਕ ਛੋਟੀ ਜਿਹੀ ਫੁੱਲਵਾਰੀ ਬੱਚੀ ਹੈ ਤੁਹਾਡੀ, ਹੋਰ ਕਿੰਨੇ ਪਾਪ ਕਰੋਗੇ? ਨੂਪੁਰ ਬਾਰੇ ਸੋਚੋ ਕੁਝ। ਜੇ ਤੁਸੀਂ ਨੂਪੁਰ ਦੇ ਪਾਪਾ ਨਾ ਹੁੰਦੇ ਨਾ, ਤਾਂ ਜਿਉਂਦਾ ਜ਼ਮੀਨ ਚ ਗੜ ਦਿੰਦਾ ਮੈਂ। ਨਹੀਂ, ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਜੋ ਕੁਛ ਵੀ ਕਰ ਰਿਹਾ ਹਾਂ ਆਪਣੀ ਕੁੜੀ ਦੇ ਵਿਆਹ ਲਈ ਕਰ ਰਿਹਾ ਹਾਂ। ਨਿਸ਼ੀਕਾਂਤ ਦੇ ਲੋਕ ਸਾਨੂੰ ਕਦੇ ਵੀ ਜੀਣ ਨਹੀਂ ਦਿੰਦੇ ਸੁੱਖ ਨਾਲ। ਮੈਂ ਕਦੇ ਵੀ ਉਹਦਾ ਨੌਕਰਾਂ ਵਾਂਗ ਕੰਮ ਨਹੀਂ ਕਰਦਾ। ਮੇਰੀ ਬੇਟੀ ਦਾ ਹਾਲ ਵੀ ਸ਼ਾਮੂ ਵਰਗਾ ਹੁੰਦਾ ਨਹੀਂ ਤਾਂ। ਏਦਾਂ ਕਿੰਨਾ ਚਿਰ ਸਰਕਾਰੀ ਵਰਦੀ ਪਾ ਕੇ ਸ਼ੈਤਾਨ ਦੀ ਗੁਲਾਮੀ ਕਰਦੇ ਰਹੋਗੇ? ਨੁਪੁਰ ਤੁਹਾਡੀ ਕੁੜੀ ਹੈ ਨਾ, ਤੇ ਉਹ ਛੋਟਾ ਮੁੰਡਾ, ਉਹਨੇ ਤੁਹਾਡਾ ਕੀ ਵਿਗਾੜਿਆ ਸੀ? ਉਹਨੇ ਤੁਹਾਡਾ ਕੀ ਨੁਕਸਾਨ ਕਰਤਾ ਸੀ? ਉਸ ਛੋਟੀ ਜਿਹੀ ਨੰਨੀ ਜਾਨ ਨੂੰ ਤੁਸੀਂ ਬੈਟ ਨਾਲ ਕੁੱਟ ਕੁੱਟ ਕੇ ਇੰਨਾ ਮਾਰਿਆ। ਤੁਹਾਡੀ ਪਿਆਰੀ ਬੱਚੀ ਨੂੰ ਹੁਣ ਮੈਂ ਮਾਰਾਂਗਾ, ਤੇ ਉਸਦਾ ਬੇਚਾਰਾ ਬਾਪ ਆਪ ਵੇਖੇਗਾ। ਨਹੀਂ 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 ਨਹੀਂ। ਹੁਣ ਕਿਉਂ? ਨਹੀਂ ਨਹੀਂ ਨਹੀਂ। ਹੁਣ ਕਿਉਂ ਰੋ ਰਹੇ ਹੋ ਤੁਸੀਂ? ਹੈ, ਤੁਸੀਂ ਤੇ ਇੰਨੇ ਵੱਡੇ ਥਾਣੇਦਾਰ ਹੋ ਨਾ, ਵੱਡੇ ਬਹਾਦਰ, ਆਪਣੇ ਬੱਚੇ ਦੇ ਦੁੱਖ ਆਉਣਾ ਦੇਖ ਕੇ ਰੋਣ ਲੱਗ ਗਏ? ਤੇ ਉਹ ਬੇਚਾਰਾ ਛੋਟਾ ਜਿਹਾ ਬੱਚਾ, ਵਾਸੂਦੇਵ ਨੇ ਇਦਾਂ ਦਾ ਕੀ ਜੁਰਮ ਕੀਤਾ ਸੀ ਜੋ ਤੁਸੀਂ ਉਸ ਗਰੀਬ ਨੂੰ ਗਾਇਬ ਕਰ ਦਿੱਤਾ? ਮੈਂ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ। ਸਭ ਪਤਾ ਹੈ ਤੁਹਾਨੂੰ, ਸਭ। ਹੁਣ ਇਹ ਕਹਿ ਰਿਹਾ ਮੈਂ, ਸਭ ਕੁਛ ਦੱਸ ਦਿਓ ਮੈਨੂੰ। ਜੋ ਵੀ ਗੱਲ ਹੈ ਖੁੱਲ ਕੇ ਦੱਸੋ, ਮੈਂ ਵਾਅਦਾ ਕਰਦਾ ਕਿ ਮੈਂ ਤੁਹਾਨੂੰ ਬਚਾ ਲਵਾਂਗਾ। ਨਹੀਂ ਨਹੀਂ। ਮੈਂ ਹੁਣੇ ਹੀ ਉਸ ਬਦਮਾਸ਼ ਨੂੰ ਜੇਲ੍ਹ ਵਿੱਚ ਬੰਦ ਕਰਕੇ ਆਇਆ ਹਾਂ। ਨਿਸ਼ੀਕਾਂਤ ਸਾਹਿਬ, ਵਾਹ 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 ਵਾਹ, ਤੁਸੀਂ ਇਹ ਚੰਗਾ ਕੰਮ ਕਰ ਸਕਦੇ ਹੋ ਇੰਸਪੈਕਟਰ ਸਾਹਿਬ। ਨਿਸ਼ੀਕਾਂਤ ਦੀ ਪੂਛ ਤੇ ਪੈਰ ਰੱਖੋਗੇ ਤਾਂ ਡੰਗ ਤਾਂ ਸਹਿਣਾ ਹੀ ਪਊਗਾ। ਮੈਨੂੰ ਹੁਣ ਇੱਕ ਹੋਰ ਸਹੀ ਕੰਮ ਕਰਨਾ ਹੋਊਗਾ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਮਤਲਬ? ਤੁਹਾਨੂੰ ਇੱਕ ਵਾਰੀ ਉਸ ਅੰਬ ਦੇ ਬਗੀਚੇ ਵਿੱਚ ਜਾਣਾ ਪਏਗਾ ਹੁਣੇ। ਕਿਉਂ? ਉਸ ਬਗੀਚੇ ਵਿੱਚ ਇੱਕ ਖੱਡਾ ਖੋਦ ਕੇ ਆਇਆ ਹਾਂ ਮੈਂ। ਮੈਂ ਉਸ ਬੱਲੀ ਨੂੰ ਅੱਧੀ ਰਾਤ ਨੂੰ ਗੋਲੀ ਮਾਰ ਦਊਂਗਾ ਤੇ ਉਸਦੇ ਬਾਅਦ ਖੱਡੇ 'ਚ ਪਾ ਕੇ ਦਫਨਾ ਦਊਂਗਾ। ਫਿਰ ਸਾਰੇ ਲੋਕੀ ਸੋਚਣਗੇ ਕਿ ਉਹ ਜੇਲ੍ਹ ਤੋੜ ਕੇ ਭੱਜ ਗਿਆ ਏ। ਵਾਹ 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 ਵਾਹ, ਬੜਾ ਦਿਮਾਗ ਏ ਤੇਰਾ। ਹਾਂ, ਇਹਦੇ ਲਈ ਤੂੰ ਕੀ ਖਾਣਾ ਹੈ ਦੱਸ ਤਾਂ ਸਹੀ ਮੈਨੂੰ, ਮੈਂ ਵੀ ਉਸ ਅੰਬਾਂ ਦੇ ਬਗੀਚੇ ਵਿੱਚ ਜਾ ਕੇ ਕਰਾਂਗਾ। ਜੇ ਤੁਸੀਂ ਇੱਕ ਵਾਰੀ ਉਹ ਖੋਦੇ ਹੋਏ ਖੱਡੇ ਨੂੰ ਦੇਖ ਲਓ ਤੇ ਫਾਈਨਲ ਕਰ ਦੋ ਜਾ ਕੇ। ਬੋਲ ਕਾ ਕਦੋ ਜਾਣਾ ਏ? ਹੁਣੇ ਹੀ ਜਾਣਾ ਪਏਗਾ, ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਠੀਕ ਹੈ, ਚਲੋ ਫਿਰ ਚਲੋ। ਓ ਕੇਸ਼ਵ, ਗੱਡੀ ਲੈ ਕੇ ਆ। ਆ ਦੇਖੋ ਤਾਂ ਨਿਸ਼ੀਕਾਂਤ ਸਾਹਿਬ, ਇਹ ਖੱਡਾ ਖੋਦਿਆ ਮੈਂ ਉਹਦੇ ਲਈ। ਗਧਿਆ, ਇੱਕ ਗੱਲ ਦੱਸ, ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਕਿਤੇ? ਕਿਉਂ ਕਿਉਂ ਯਾਦ ਨਹੀਂ, ਇਸੇ ਦਰਖਤ ਦੇ ਥੱਲੇ ਗੱਡ ਦਿੱਤਾ ਸੀ ਵਾਸੂਦੇਵ ਨੂੰ, ਇੱਥੇ ਹੀ ਕਬਰ ਬਣੀ ਸੀ। ਵਾਸੂਦੇਵ? ਮਤਲਬ ਵਾਸੂਦੇਵ ਗੋਰਾਏ, ਸ਼ਾਮੂ ਦੇ ਪਾਪਾ? ਹਾਂ ਹਾਂ, ਵਾਸੂਦੇਵ ਹੀ।
इस जगह नू पुटन ते बॉडी मिलूगी। अच्छा निशिकांत बाबू, एयो था जिथे तुसी वासुदेव नू जिंदा दफना दिता सी या फिर उसनू मार के दफना दिता सी? एकी इंस्पेक्टर साहब, ओए ए एथे एथे मेरी कबर खोदोगे ना? माफ देने लई ता मैनू थानेदार साहब ने बुलाया थे, ते जे फिर किते थां कट पै गई ता मिट्टी दे अंदर मैनू भी तकलीफ होगी ना? फिर जद मैं उपर चला जावांगा ता थोड़े दिल नू तकलीफ होवेगी। इंस्पेक्टर साहब, हुण इस वार ता तू भी मरेगा। मैनू पसाया तू है? सुन, सबूत किथे है? सबूत किथे है मेरे खिलाफ के मैं ही वासुदेव नू मारिया इत्थे? क्यों याद नहीं, ऐसे दरख्त दे थले गाड़ दिता सी वासुदेव नू, इत्थे ही कबर बनी सी। सबूत किथे है? सबूत किथे है कि मैं ही वासुदेव दी कबर बनाई है इत्थे? धोखेबाज, ओए इन्ने दिना तो मेरे कोल खा रहा है, मेरा ही नमक खा के मैनू ही धोखा। चुप कर हुन, बहुत दिना तो मुंह बंद करके बहुत कुछ सह रहा सी मैं। हाँ, होर नहीं, जे होर कोई भी गल कीती ना इत्थे गोली मार के दफना दऊंगा तेनू, इत्थे ही दफना दऊंगा इसे खड्डे दे विच। बली पाजी, मैं शैतान नू जेल विच लैके जाना, तुसी हुन जाओ। किसे भी चेले नू ना छड़ेओ। किसे नू नहीं छड़ांगे बल्ले पाजी, मैं सब समझ गया हाँ। जे सिर उच्चा करके ऐसी काम करिए ते पुलिस सब कुछ कर सकती है। ईमानदारी नाल मैं चलदा हाँ मैं। ओए चल चल जीप विच। तुहानू किदा पता लग्या कि इस दरख्त दे थले शामू दे पापा नू दफनाया होया? एने बड़े बगीचे विच सिर्फ एही दरख्त सुक्या क्यों है? इसे गल तो मैनू शक होया, मिट्टी नू पट के उस तो बाद बेल वाले कंकाल शामू दे पापा दे ही ने, इस दा फैसला करना मुश्किल सी। ते जे खून निशिकांत ने कीता है, इस दा फैसला करना भी मुश्किल हो जाना सी। ऐसे लई तुसी ये नाटक रचा के एक वारी विच तीन शिकार कर ले। मतलब एक ता निशिकांत भी फड़िया गया, शामू दे पापा दे कातिल नू भी सजा हुई, ते नुपुर दे पापा भी अपनी गलती सुधार सके, ओ भी हुन सही राते आ गए। चंगा होया नुपुर कोलो टेप रिकॉर्डर सी। बल्ली वीरे, ओ वेखो। शामू चल उठ, असी हैं तेरे नाल। मैं मधुसर नू कह देवांगा के ओ तेनू बहुत पढ़ाउण ताकि तू वड्डा होके पुलिस अफसर बने। क्यों, बन सकेगा ना? बनांगा, मैं जरूर बनांगा। निशिकांत वर्गे लोग कदे भी साडे वर्गे गरीब नू तकलीफ नहीं दे सकनगे, मैं दस रहा थानू। सच्ची पुलिस ऑफिसर, मेरे पापा तेरी पूरी मदद करेंगे, तेनू करना ही पड़ेगा। जे सच्चे राह ते चलिया जावे तो सब कुछ मुमकिन है, राह किन्ना भी मुश्किल क्यों ना होवे। क्यों, सही किया ना? बली दो ग्रेट।